ਰਤਕੀ ਸਰਪੰਚ ਕਿਹੜੇ ਨੂੰ ਬਣਾਈਏ ਬੂਟੇ? ਉਹ ਦੇਖੋ ਕੋਈ ਵਧੀਆ ਬੰਦਾ ਯਾਰ, ਕੋਈ ਬਣ ਜੂ ਪਿੰਡ ਦਾ ਕੰਮ, ਸੱਤਿਆਨਾਸ ਹੋਇਆ ਪਿਆ ਬਾਈ। ਉਹੋ ਜਿਹਾ ਬੰਦਾ ਬਣਾ ਦਿਓ ਜਿਹੜਾ ਕੋਈ ਕੰਮ ਕਰਦੇ ਪਿੰਡ ਦਾ, ਹੋਰ ਆ ਵਿਕਾਸ ਹੋਵੇ। ਆਪਣੇ ਪਿੰਡ ਤਾਂ ਕੁਛ ਬਣੀ ਨਹੀਂ ਹੈਗਾ। ਹੋਰ ਯਾਰ ਸਰਪੰਚੀ ਦਾ ਮੁੱਦਾ ਭਖ ਰਿਹਾ ਸੀ, ਸਰਪੰਚ ਕਿਹਨੂੰ ਬਣਾਈਏ, ਸਰਪੰਚ ਕਿਹਨੂੰ ਬਣਾਈਏ, ਐ ਸੋਚਣ ਲੱਗ ਰਹੇ ਸਰਪੰਚ ਕਿਹਨੂੰ ਬਣਾਈਏ। ਉਹ ਤੁਹਾਡੇ ਸਾਹਮਣੇ ਬੈਠਿਆ ਪਤੰਦਰੋ, ਤੁਸੀਂ ਇਹਨੂੰ ਬਣਾਓ ਤਾਂ ਗੱਲ ਤਾਂ ਤੇਰੀ ਸਿਆਣੀ ਆ, ਬੰਦਾ ਤਾਂ ਵਧੀਆ ਹੈ ਯਾਰ। ਯਾਰ ਹੱਦ ਕਰਦੇ ਯਾਰ, ਆਪਣੇ ਨਾਲ ਕੌਣ ਦੁਰੂ ਆ ਯਾਰ। ਉਹ ਪੈਸਾ ਤੋਰੂਗਾ ਪੈਸਾ ਨਾਲ, ਐ ਵੰਡਦਾਂਗੇ ਐ। ਕਾਨੂੰ ਬਾਈ ਇਹੋ ਜਿਹੇ ਪੰਗੇ ਛੇੜਦੇ ਹੋ ਯਾਰ। ਉਹ ਯਾਰ ਹੱਦ ਆ ਯਾਰ, ਕਮਾਲ ਆ ਯਾਰ, ਪੈਸੇ ਲਾਵਾਂਗੇ ਆਪਾਂ ਯਾਰ, ਸਰਪੰਚੀ ਆਊਗੀ ਆਪਣੇ ਲਵੇ। ਜਦੋਂ ਪੈਸੇ ਬਾਈ ਐ ਚੱਲੇ ਨਾ, ਐ ਚੱਲੇ, ਤੂੰ ਦੇਖੀ ਸਰਪੰਚੀਆਂ ਦੀ ਗਰੰਟੀ ਹੈ ਮੇਰੀ ਪੱਕੀ। ਹਾਂ ਗਰੰਟੀ ਹੈ। ਹੋਰ ਗੱਲੇ ਯਾਰ, ਪੈਸਾ ਤੇਰੇ ਲਈ ਵਾਧੂ ਲਾ ਵੀ ਦੇਵੇਂਗਾ, 20-25 ਲੱਖ। ਹਾਂ ਜਦੋਂ ਪਾਣੀ ਮੰਗੂ ਬਹਾਤਾ ਨਾ ਬਾਈ, ਸ਼ਰਾਬ ਸ਼ਰਾਬ। ਤੁਹਾਡੀ ਜ਼ਿੰਮੇਵਾਰੀ ਹੋਊਗੀ ਇੱਥੇ? ਮੇਰੀ ਜ਼ਿੰਮੇਵਾਰੀ ਹੈ ਯਾਰ, ਹੋਰ ਦੱਸ ਯਾਰ ਤੂੰ। ਬੰਦੇ ਬੰਦੇ ਇਕੱਠੇ ਕਰਨਾ, ਹੋਰ ਕਰਨਾ, ਸਾਰੀ ਤੇਰੀ ਜ਼ਿੰਮੇਵਾਰੀ ਹੈ। ਹਜੇ ਆਪਾਂ ਨੇ ਗੱਲ ਨਹੀਂ ਤੋਰੀ ਨਾ, ਕੱਲ ਨੂੰ ਜਿੰਨੇ ਬੰਦੇ ਕਹੇਗਾ ਮੈਂ ਉਹਨੇ ਲਿਆਉਂਗਾ। ਠੀਕ ਆ, ਠੀਕ ਹੈ, ਠੀਕ ਹੈ, ਹਾਂ ਪੱਕਾ। ਹੁਣ ਚੱਲ ਭਾਈ, ਅੱਜ ਤਾਂ ਤੇਰੇ ਨਾਲ ਆ, ਅੱਜ ਤਾਂ ਜਿੰਨੀਆਂ ਵੱਧ ਵੋਟਾਂ ਪਵਾਵਾਂਗੇ ਬਾਈ। ਸਰਪੰਚੀ ਪੈਸੇ ਦੇ ਜ਼ੋਰ ਤੇ ਆਊਗੀ, ਪੈਸੇ ਦੇ ਜ਼ੋਰ ਤੇ ਪੈਸਾ ਮੈਂ ਫੁੱਲ ਲਾਉਂਗਾ। ਬਸ ਠੀਕ ਹੈ, ਠੀਕ ਹੈ, ਹਾਂ ਬਸ ਠੀਕ ਹੈ। ਸਵੇਰੇ ਬੰਦੇ ਆ ਜਾਣਗੇ? ਹਾਂ ਸਵੇਰੇ ਆ ਜਾਣਗੇ, ਮੈਂ ਜਾਣਾ। ਠੀਕ ਹੈ, ਠੀਕ ਹੈ, ਮੈਂ ਹੁਣੇ ਕਰਦਾ ਇੰਤਜ਼ਾਮ। ਠੀਕ ਹੈ, ਕਰ ਜਾ ਕੇ। ਬਾਏ ਜਾ, ਬਾਏ ਜਾ, ਬਾਏ ਜਾ। ਕੋਈ ਨਾ ਭਾਈ, ਅੱਜ ਤਾਂ ਟਾਈਮ ਨਾਲ ਆ ਜਾਾਂਗੇ ਕਿੱਲਾ। ਹੈ ਚਲ ਆ ਜਿਓ ਫਿਰ, ਪੰਗਾ ਤਾਂ ਦਵਾਨ ਲੱਗ ਗਿਆ ਹੁਣ। ਹੈ ਕੋਈ ਅੱਜ ਤਾਂ ਨਾ ਕਰਾਂਗੇ, ਇਹ ਪਿੱਛੇ ਨਾ ਮੁੜੀਆਂ ਹੁਣ। ਨਾ ਠੀਕ ਹੈ ਨਾ। ਇਹ ਤਾਂ ਅੱਜ ਪਤਾ ਲੱਗਿਆ ਵੀ ਉਂਗਲ ਬਹੁਤ ਕੁਛ ਕਰਾ ਦਿੰਦੀ ਹੈ ਨਾ, ਕਿੱਲੇ ਦੀ ਤਾਂ ਚਕਾਤੀ ਉਂਗਲ ਨੇ ਪੂਛ ਮਿਲਦਾ। ਨਾਲੇ 30-35 ਲੱਖ ਜਦੋਂ ਉਹਨੂੰ ਖਰਚਿਆ, ਆਪਣਾ 2-2.5 ਲੱਖ ਦਾ ਪੱਕਾ ਬਾਬੇ, ਨਜ਼ਾਰੇ ਲਵਾਂਗੇ ਨਾਲੇ ਮਹੀਨਾ ਘਰ ਉਹਦੇ ਖੁੱਲ੍ਹੇ ਖਰਚੇ ਖੁੱਲ੍ਹੇ ਵੱਢਾਂਗੇ। ਚੱਲ ਹੋਵੇ ਮਨਾ, ਅੱਜ ਪਤਾ ਲੱਗਿਆ ਉਂਗਲ ਵੀ ਬਹੁਤ ਤਕੜੀ ਹੁੰਦੀ ਆ ਤੂੰ। ਪੈਸਾ ਬਹੁਤ ਲੱਗੂ, ਲੱਗ ਗਈ 40-50 ਲੱਖ ਆਰਾਮ ਨਾਲ। 30-35 ਤਾਂ ਆਵੇਂ ਲੱਗਣ ਲੱਗ ਗਿਆ ਹੁਣ ਹਰੇਕ ਪਿੰਡ 'ਚ। ਚਲੋ ਦੇਖਦੇ ਕੀ ਬਣਦੇ, ਪੂਛ ਚੁਕਾ ਦੇਣਗੇ ਲੋਕਾਂ ਨੇ ਇਹਦੀ। ਹੋਰ ਆਪਾਂ ਨੂੰ ਤਾਂ ਨਾਲ ਖੜਨਾ ਪਊਗਾ, ਪਤਿੰਦਰ ਦੀ ਲਿਹਾਜ਼ ਮਾਰਦੀ ਹੈ। ਹੋਰ ਕਰਾਂਗੇ ਮਦਦ ਜਿੰਨਾ ਜ਼ੋਰ ਲੱਗਿਆ ਆਪਾਂ ਤਾਂ। ਬੰਦਾ ਇੱਕ ਗੱਲ ਹੈ, ਬੰਦਾ ਉਹ ਵੀ ਖਾਣਾ ਚਾਹੁੰਦਾ ਹੈ, ਆਪਾਂ ਨੂੰ ਵਧੀਆ ਖਵਾਉ ਪਲੇਊ, ਆਪਾਂ ਉਹਦੇ ਨਾਲ ਚੱਲਦੇ ਹਾਂ। ਆਪਣਾ ਬੰਦਾ ਵਧੀਆ ਬੰਦਾ ਹੈ।
ਕੰਮ ਕਰੂ ਬੰਦਾ ਚੱਲੀ ਯਾਰ ਚੱਲ ਜਾ ਤੁਸੀਂ ਕੋਈ ਨਾ ਚੱਲ ਯਾਰ ਆ ਚੱਲ ਜਾ ਜਾ ਵਧੀਆ ਬੰਦਾ ਯਾਰ ਹਰਟਾ ਬੰਦਾ ਇਹ ਬੰਦਾ ਤੈਨੂੰ ਵੱਧ ਗਿਆ ਯਾਰ ਜ਼ਮੀਨ ਜਾਇਆ ਹੋਇਆ ਵਧੀਆ ਬੰਦਾ ਕੰਮ ਕਰੂ ਬੱਲੇ ਬੱਲੇ ਰੌਣਕਾਂ ਲੱਗ ਰਹੀ ਨੇ ਅੱਜ ਤਾਂ ਠੀਕ ਸੱਤਰ ਤੇ ਘਰ ਦੇ ਬਾਈ ਤਾਂ ਮੈਂ ਟੰਗਾਂ ਨੂੰ ਸੱਤਰ ਤੇ ਘਰ ਦੇ ਸੱਤਰ ਤਾਂ ਚਾੜਦਾ ਸੱਤਰ ਤੇ ਸੂਈ ਆਪਾਂ ਸਾਰਾ ਇਹ ਕਹਿੰਦੇ ਰੋਜ਼ ਰੋਜ਼ ਆਉਂਦੇ ਨੇ ਲੈ ਮੁੰਡਾ ਜਿੰਨੀ ਮਰਜ਼ੀ ਜਿੰਨੀ ਇਹ ਤਾਂ ਬਹੁਤ ਹੈ ਜਹਾ ਚੜਾ ਦੂਏ ਤਾਂ ਅੱਛਾ ਤਾਂ ਸੇਵਾ ਰੱਖੀ ਮੁੰਡੇ ਦੀ ਤੁਸੀਂ ਕਿਉਂ ਨੀ ਮਾਲ ਖਾਧਾ ਸਾਰੇ ਮੁੰਡਿਆਂ ਨੇ ਖਾ ਲਿਆ ਤੁਸੀਂ ਫ੍ਰੀ ਦਾ ਮਾਲ ਸੀ ਕਿਉਂ ਨੀ ਖਾਧਾ ਜਾ ਫ੍ਰੀ ਦਾ ਕਾਊਂਟ ਕਿੰਨੇ ਕੁ ਦਿਨ ਖਵਾ ਦੋ ਤੁਹਾਨੂੰ ਕੋਈ 7 ਦਿਨ ਖਾਓਗੇ 10 ਦਿਨ ਖਾਓਗੇ ਸੋਚੋ ਕੁਛ ਥੋੜ੍ਹਾ ਬਹੁਤਾ 30 ਲੱਖ ਰੁਪਇਆ ਸਰਪੰਚ ਦਾ ਲਵਾ ਦੋਗੇ ਤੁਸੀਂ ਫਿਰ ਕੰਮ ਕਰੋਗੇ ਪਿੰਡ ਦੇ ਕੰਮ ਕਰ ਦੂਗਾ ਸਰਪੰਚ 30 ਲੱਖ ਰੁਪਇਆ ਲਾ ਕੇ ਰੋਡ ਰੁਪਇਆ ਖਾਊਗਾ ਉਹ ਪਿੰਡ ਦੇ ਵਿਕਾਸ ਵਾਸਤੇ ਵੋਟ ਪਾਓ ਨਾ ਕਿ ਨਸ਼ੇ ਵਾਸਤੇ ਧੱਕੇ ਨਾਲ ਲਿਆ ਥੋੜੀ ਖਾਈ ਜਾਂਦੇ ਨੇ ਫੀਮ ਭੁੱਕੀਆਂ ਪੀ ਜਾਂਦੇ ਦਾਰੂਆਂ ਫਿਰ ਕਹਿੰਦੇ ਨੇ ਸਰਪੰਚ ਨੇ ਕੰਮ ਨਹੀਂ ਕਰਿਆ
20 ਲੱਖ ਰੁਪਇਆ ਲਵਾ ਦੇਣਗੇ ਸਰਪੰਚ ਦਾ ਕੰਮ ਭਾਲਦੇ ਨੇ ਫਿਰ ਕਿੱਥੋਂ ਕੰਮ ਕਰੂ ਸਰਪੰਚ ਮੁੰਡੇ ਉਹ ਪੀਲੀ ਚਾਹ ਪਾਣੀ ਤੁਸੀਂ ਨੇ ਕੰਡੇ ਦੇ ਬਾਈ ਅੱਛਾ ਓਕੇ ਹਾਂ ਓਕੇ ਹੁਣ ਆਪਾਂ ਨੇ ਵੋਟਾਂ ਮੰਗਣ ਜਾਣਾ ਹੈ ਲੋਕਾਂ ਨੂੰ ਬੁੱਧੂ ਬਣਾ ਕੇ ਆਣਾ ਹੁਣ ਆਪਾਂ ਨੇ ਯਾਰ ਤੂੰ ਸਾਨੂੰ ਬੁੱਧੂ ਬਣਾਈ ਜਾਂਦਾ ਉਹ ਪਤੰਦਰੋ ਤੁਸੀਂ ਤਾਂ ਸਾਡੇ ਖਾਸ ਹੋ ਓਏ ਉਹ ਵੀ ਤਾਂ ਲੋਕ ਨੇ ਜਿਹੜੇ ਮੈਨੂੰ ਪਤਾ ਸੀ ਲੋਕਾਂ 'ਚ ਆ ਗਏ ਯਾਰ ਨਹੀਂ ਬਹਿ ਜਾ ਛੋੜ ਯਾਰ ਥੋੜੀ ਗੱਲ ਬਾਤ ਤੂੰ ਤਾਂ ਛੋਟੇ ਭਾਈ ਹੁਣ ਗੁੱਸਾ ਮੰਨ ਗਿਆ ਹੁਣ ਗੁੱਸਾ ਮੰਨ ਗਿਆ ਤੁਸੀਂ ਤਾਂ ਸਾਡੇ ਖਾਸ ਹੋ ਅੱਛਾ ਸੱਜੀ ਖੱਬੀਆਂ ਬਾਹਾਂ ਹੋ ਸਾਡੀ ਤੁਸੀਂ ਅੱਛਾ ਉਹ ਪਤੰਦਰੋ ਤੁਹਾਡੇ ਆਸਰੇ ਦਾ ਸਾਰਾ ਗੁੱਸਾ ਹੈ ਦੱਸੋ ਜੀ ਹੱਥ ਨੇ ਕਿਹੜੀ ਪਲਿਆਉਂਗੇ ਓਏ ਛੋਟੇ ਵਾਸਤੇ ਤਾਂ ਆਰਸੀ ਮੰਗਾ ਰੱਖੀ ਹੈ ਅੱਛਾ ਲੋਕਾਂ ਵਾਸਤੇ ਕੁੱਤੇ ਮਾਰ ਚਾਹੇ ਪੈਸਾ ਚ ਵੋਟ ਮਿਲੇ ਚਾਹੇ ਦਾਰੂ ਨੂੰ ਮਿਲੇ ਚਾਹੇ ਠੰਡੇ ਤੱਤੇ ਨੂੰ ਮਿਲੇ ਆਪਾਂ ਨੇ ਵੋਟ ਲੈਣੀ ਹੈ ਬੁੜੀਆਂ ਪੋਲੀਆਂ ਹੁੰਦੀਆਂ ਨੇ ਉਹਨਾਂ 'ਤੇ ਜਾ ਕੇ ਚਾਚੀ ਤਾਈ ਪਹਿਲੀਆਂ ਤੋਂ ਲਾ ਲਿਓ ਉਹਦੀ ਭੁੱਲ ਜਾਂਦੀਆਂ ਨੇ ਉਹ ਅਤੇ ਨਾਲੇ ਠੰਡੇ ਨਾਲੇ ਭੁੱਲ ਜਾਣਗੀਆਂ ਤਾਂ ਪੁੱਤੇ ਨਹੀਂ ਸਰਪੰਚ ਨੂੰ ਤਾਂ ਭੁੱਲੇ ਗਏ ਤੇ ਤੂੰ ਮੈਂ ਸਰਪੰਚ ਬਣੀ ਜਾਂਦਾ ਆਪਦੇ ਆਪ ਸਰਪੰਚ ਸਾਹਿਬ ਅਗਲ ਬਾਈ ਆ ਜਾ ਆ ਜਾ ਕੁੱਤੇ ਮਾਰ ਲਿਆ ਰੱਖੀ ਹੈ ਆਪਾਂ ਨਾਲੇ ਐ ਕਰੀ ਪੈਸੇ ਫੁੱਲ ਚੱਕ ਲੈ ਕੋਈ ਚੱਕਰ ਨਹੀਂ ਪਰਵਾਹ ਨਹੀਂ ਹੈਗੀ ਪੈਸੇ ਬਸ ਪਰਵਾਹ ਨਹੀਂ ਹੈਗੀ ਫੁੱਲ ਕੋਟਾ ਖਰੀਦਣੇ ਕਿ ਪੈਸੇ ਫੜਾ ਲਏ ਕਰਮ ਨੂੰ ਲੈ ਕੇ ਚੱਲ ਮੈਂ ਲਿਆ ਲਿਆ ਵੱਜ ਗਿਆ ਠੀਕ ਆ ਲੈ ਭਾਈ 2 ਆ 4 ਆ 2 ਲੱਖ ਦੀ ਹੁੰਦੀ ਹੈ ਇਹ ਹਾਂ ਅੱਛਾ 5 ਲੱਖ ਹੋ ਗਿਆ ਹਾਂ ਅੱਛਾ ਠੀਕ ਪਾਣੀ ਮੰਗੂ ਬਾਹਰ ਦੇ ਕੋਈ ਚੱਕਰ ਨਹੀਂ ਪੈਸੇ ਅੱਛਾ ਹਾਂ ਚੱਲਣ ਦੇ ਬਸ ਠੀਕ ਹੈ ਠੀਕ ਹੈ ਜਿੱਤਣੇ ਜਾਣੀ ਨੇ ਆਪਾਂ ਬਸ ਠੀਕ ਹੈ ਠੀਕ ਹੈ ਠੀਕ ਆ ਬਸ ਬੋਟਾ ਸਾਰੀ ਫਰੀ ਚਲਾਂਗੇ ਹਾਂ ਬਸ ਚੱਕ ਦੇ ਫੱਟੇ ਚੱਕ ਲੈ ਚਾਰੋ ਹੱਥ ਹਾਂ ਠੀਕ ਆ ਕਾਫਰ ਨਾ ਰਹਿ ਜੇ ਕਿਸੇ ਵੱਲੋਂ ਹਾਂ ਤੁਸੀਂ ਚੱਲੋਗੇ ਨਾਲ ਸਾਡੇ ਜੀ ਮੈਂ ਦੇਖਦਾ ਫਿਰ ਆਣਾ ਬਾਅਦ ਚ ਆਣਾ ਅੱਛਾ ਮੈਂ ਲੈ ਕੇ ਚੱਲਾਂਗੇ ਹਾਂ ਹਾਂ ਤੂੰ ਲੈ ਕੇ ਚੱਲ ਮੈਂ ਤੁਸੀਂ ਐ ਕਰੋ ਹਾਂ ਆ ਹੀ ਜਾਓ ਤੁਸੀਂ ਕੋਲ ਨਾ ਕਰੋ ਅਗਲਾ ਕਹਿੰਦਾ ਉਹ ਆਇਆ ਨਹੀਂ ਹੈਗਾ ਚਲੋ ਹਾਂ ਕੌਡੀ ਮੁੱਲ ਨਾ ਪਾਇਆ ਏ ਨਾ ਤੇਰੀ ਸ਼ਹੀਦੀ ਦਾ ਅੱਜ ਵੀ ਜਾਉਣਾ ਜਾਂਦੇ ਲੋਕੀ ਅਤ ਗਰੀਬੀ ਦਾ ਅੰਦਰ ਚਲੋ ਅੰਦਰ ਚਲੋ ਯਾਰ ਅੰਦਰ ਚੱਲਦੇ ਹੁਣ ਬਾਹਰ ਥੋੜੀ ਹੋਊਗਾ ਆਪਣੇ ਪਿੱਛੇ ਬੰਦਾ
ਹੋਰ ਬਾਈ ਲੱਖੇ ਠੀਕ ਹੈ ਲੈਣਾ ਦਾਰ ਆਪਣਾ ਉਹ ਗਾਂ ਬੈਠੇ ਨੇ ਬਾਈ ਜੀ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਕਾਲ ਜੀ ਸਾਜੀ ਹੋ ਜੀ ਬਾਈ ਜੀ ਅਸੀਂ ਕਾਲ ਕਾਲ ਜੀ ਠੀਕ ਹੈ ਸ਼ਾਬਾਸ਼ੀ ਬਹੁਤ ਸ਼ਾਬਾਸ਼ੀ ਵਾਹ ਬਾਈ ਅਸੀਂ ਕਾਲ ਜੀ ਭਾਈ ਜੀ ਦੱਸੋ ਮੁੰਡਿਓ ਚਾਹ ਪਾਣੀ ਦੱਸੋ ਬਾਦ ਜੀ ਨਾ ਭਾਈ ਭੱਗਾ ਜੀ ਅਗਰ ਸੁਣੋ ਤੁਸੀਂ ਸਾਡੀ ਬੱਚੀ ਹੋ ਮਸਾਂ ਵਧਖੀ ਉਹ ਐਪ ਕਰੇ ਆਓ ਦੱਸੋ ਮੈਨੂੰ ਕੋਈ ਬਸ ਆਪਣਾ ਨਾਮ ਖੜਾ ਹੋ ਰਿਹਾ ਜੀ ਹਾਂਜੀ ਜੀ ਅੱਛਾ ਅੱਗੇ ਦੇਖੋ ਵੀ ਮੇਰੀ ਇੱਕ ਗੱਲ ਹੈ ਬੇਨਤੀ ਭਾਈ ਮੁੰਡਿਓ ਪਰ ਤੂੰ ਭਾਈ ਲੱਗਦਾ ਤੂੰ ਮੇਰਾ ਮੈਂ ਮੈਨੂੰ ਬਾਬਾ ਨਾ ਕਹੀਂ ਕਿ ਮੈਂ ਭਾਈ ਲੱਗਦਾ ਆਪਾਂ ਠੀਕ ਹੈ ਅੱਛਾ ਭਾਈ ਦੇਖੀ ਤੂੰ ਨਵਾਂ ਮੁੰਡਾ ਹੈ ਠੀਕ ਹੈ ਜੀ ਬੋਟਾ ਐਨ ਸੋਟੀ ਦੇ ਟਾਂਕੇ ਪਵਾ ਲਈ ਠੀਕ ਹੈ ਪਰ ਗੱਲ ਸੁਣੋ ਇੱਕ ਹੈ ਵੀ ਕੰਮ ਕਰੀ ਪਿੰਡ ਦੇ ਹਾਂ ਕੰਮ ਕਰਾਂਗੇ ਜੀ ਅੱਛਾ ਜਿਹੜਾ ਕੋਈ ਕਿਸੇ ਦੀ ਕੋਈ ਪਾਰਟੀ ਬਾਜੀ ਉਹ ਚ ਚਾਹੇ ਨਾ ਜਾਈ ਚਾਹੋ ਜਿਹੇ ਮੇਰਾ ਕੰਮ ਹੈ ਉਹ ਚ ਜਮਾ ਨਾ ਜਾਈ ਜੇ ਕੋਈ ਪਾਰਟੀ ਜੀ ਦਾ ਕੰਮ ਹੋਇਆ ਪਰ ਗੱਲ ਹੈ ਵੀ ਇੱਕ ਭਈਆ ਮੇਰੇ ਘਰ ਚ ਹੀ ਰਹਿੰਦੇ ਨੇ ਵਿਚਾਰੇ ਗਰੀਬ ਇਹਨਾਂ ਨੂੰ ਪਲਾਟ ਦੇ ਵਿਚਾਰੇ ਕੀ ਕਰਨੇ ਹਿਆ ਬੈਠੇ ਨੇ ਪਲਾਟ ਦੇ ਪਲਾਟ ਅੱਛਾ ਉਹਨਾਂ ਨੂੰ ਭਈਆ ਪਲਾਟ ਮਿਲਣੇ ਚਾਹੀਦੇ ਜੇ ਨਵੇਂ ਮੁੰਡੇ ਤੁਸੀਂ ਆਓ ਅਸੀਂ ਤਾਂ ਪੁਰਾਣੇ ਕਹਿੰਦਾ ਚਿੰਬੜੇ ਬੈਠੇ ਆ ਮੰਜੇ ਨੂੰ ਕੁਰਸੀ ਨੂੰ ਕਹਿਲਾ ਅਸੀਂ ਛੱਡਦੇ ਨਹੀਂ ਪਿੰਡ ਨਵੇਂ ਮੁੰਡੇ ਆਉਂਦੇ ਨੇ ਸਾਨੂੰ ਕੀ ਪਤਾ ਖਬੜਾਂ ਨੂੰ ਠੀਕ ਹੈ ਜੀ ਬੁੱਢੇ ਬੰਦੇ ਨਵੇਂ ਮੁੰਡੇ ਆ ਗਏ ਤੁਸੀਂ ਭਾਈ ਸਿਰ ਮੱਥੇ ਤੂੰ ਚਾਹ ਪਾਣੀ ਦੱਸੋ ਭਾਈ ਅਸੀਂ ਦਾਰੂ ਦੂਰ ਦਾ ਪੀਆ ਨਹੀਂ ਕਰਦੇ ਭਾਜੀ ਆ ਨਾ ਲੈਣਾ ਭਾਈ ਜੀ ਦਾ ਫੜ ਸਕਦੇ ਨਹੀਂ ਯਾਰ ਫੜ ਲੈ ਫਿਰ ਭਾਂਜਾ ਦਾ ਕੀ ਕੰਮ ਹੈ ਇਹ ਤਾਂ ਪਿਆਰ ਹੈ ਪਿਆਰ ਇਹਦਾ ਅੱਛਾ ਤੁਹਾਡੇ ਨਾਲ ਮੁੰਡੇ ਨੂੰ ਰਲਾਉਂਗਾ ਠੀਕ ਹੈ ਜੀ ਕੰਮ ਕਰੋ ਪਿੰਡ ਦੇ ਆਪਣਾ ਗਿੱਲ ਬਾਈ ਵੋਟਾਂ ਤੇ ਖੜਾ ਹੋ ਰਿਹਾ ਬਾਈ ਵੋਟਾਂ ਪਾਇਓ ਆਪਾਂ ਯਾਦ ਰੱਖਿਓ ਵੋਟਾਂ ਦਾ ਪਾਣਾ ਵੀ ਕੀ ਰਕਮ ਹੈ ਜੀ ਰੁਪਈਏ ਲੱਗਣ ਅੱਛਾ ਕਿੰਨੇ ਦਾ ਕਿੰਨੇ ਪਹਿਲਾਂ ਤੁਸੀਂ ਕਹ ਲਓ 2500 ਰੁਪਈਆ ਰਹਿਤਾ ਦੀਆ 500 ਰੁਪਏ ਵੋਟ ਦੀਆ ਅੱਛਾ ਹੁਣ ਤਾਂ 1000 ਰੁਪਈਆ ਚੱਲੋ ਜੀ ਵੋਟ ਦਾ 5000 ਰੁਪਈਆ ਚਲੋ ਠੀਕ ਹੈ ਤਾਂ ਵੋਟਾਂ ਪਾ ਦੇ ਕੋਈ ਚੱਕਰ ਨਹੀਂ ਪੈਸੇ ਵਾਲੀ ਪਰਵਾਹ ਨਾ ਮੰਨ ਨਾਲੇ ਸ਼ਾਮ ਨੂੰ ਗੇੜਾ ਮਾਰਦਾ ਰਹਿ ਕਰੀ ਚੰਗਾ ਧਿਆਨ ਨਾ ਰੱਖੀ ਬਾਈ ਮਾੜਾ ਜਿਹਾ ਠੀਕ ਆ ਰੋ ਰੋ ਆਖੇ ਧਰਤ ਦੁਆਬੇ ਮਾਲਵੇ ਮਾਝੇ ਦੀ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ ਇਸ ਰੰਗ ਅੰਦਰ ਸੋਚ ਭਗਤ ਸਿੰਘ ਦੀ ਉਹ ਤੁਹਾਨੂੰ ਇੰਨਾ ਵੀ ਨੀ ਪਤਾ ਹੋਏ ਪਰ ਮੈਂ ਤੁਹਾਨੂੰ ਕੀ ਸਮਝਾਊਂਗਾ ਤੁਹਾਨੂੰ ਜਦੋਂ 10-20 ਸਾਲ ਮਾਸਟਰ ਨਹੀਂ ਸਮਝਾ ਸਕੇ ਤੁਹਾਡੇ ਉਹ ਮੈਂ ਕੀ ਸਮਝਾਊਂਗਾ ਚੱਲ ਕੋਈ ਨੀ ਤੁਸੀਂ ਦੱਸੋ ਕਿਵੇਂ ਆਣੇ ਹੋਏ ਵੋਟਾਂ ਨੂੰ ਆਏ ਤਾਂ ਵੋਟ ਦਾ ਹੱਕ ਉਸਨੇ ਦਵਾਇਆ ਸੀ ਯਾਦ ਰੱਖੋ ਇਹ ਪਰਨਾ ਨੀ ਹੈਗਾ ਪੁੱਤਰੋ ਠੀਕ ਹੈ ਨਾ ਹਾਂ ਚਲੋ
ਬੋਤਲ ਨਾਲ ਵੋਟ ਪਵਾਓਗੇ ਇੱਕ ਤਾਂ ਬੋਤਲ ਹੈ ਜਦੋਂ ਮੈਂ ਬੜਾ ਹੋ ਗਿਆ ਨਾ ਮੇਰਾ ਭਾਰ ਢੋਣ ਵਾਸਤੇ ਮੈਨੂੰ ਗਧੇ ਦੀ ਲੋੜ ਆ ਮੈਨੂੰ ਗਧਾ ਲਿਆ ਦੋ ਆ ਲਿਆ ਬਾਈ ਜੀ ਉਰੇ ਗਧਾ ਮਿਲੂਗਾ ਜੀ ਬਾਂਗਰੂਆਂ ਕੋਲੇ ਠੀਕ ਆ ਜੀ ਧੰਨਵਾਦ ਜੀ ਕੱਲ ਬਾਈ ਉੱਥੇ ਮਿਲੂਗਾ ਕਹਿੰਦੇ ਗਾ ਮੇਰੀ ਖੰਡ ਮੇਰੀ ਨਣਕੀ ਡਲੀ ਕੀ ਹਾਲ ਨੇ ਠੀਕ ਠੀਕ ਵਧੀਆ ਵਧੀਆ ਹਾਂਜੀ ਰੱਬ ਕਿਆ ਹੂਆ ਇਹ ਕਿਆ ਗਧਾ ਇਹ ਤਾਂ ਟੱਟੂ ਹੈ ਹਾਂ ਟੱਟੂ ਹੈ ਮਾਰਾ ਟੱਟੂ ਸਾਡੇ ਤਾਂ ਗਧਾ ਕਹਿੰਦੇ ਨੇ ਯਾਰ ਅੱਜ ਤਾਂ ਬਹੁਤ ਭਕਾਈ ਹੋ ਗਈ ਮਸਾਂ ਲੱਭੇ ਕੀ ਕਹਿ ਕਰਿਆ ਤੇਰਾ ਗਧਾ 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 ਅੱਛਾ ਚੱਲ ਮੈਂ ਵੀ ਗਧਾ ਕਹਿ ਦਿਆ ਕਰੂ ਅੱਜ ਤਾਂ ਲੈ ਵੀ ਅੱਜ ਤਾਂ ਓਏ ਛੋਟੂ ਗਧਾ ਕਹਿਣਾ ਸੀ ਨਾ ਗਧਾ ਆਪਾਂ ਤਾਂ ਟੱਟੂ ਕਹਿੰਦੇ ਫਿਰ ਬਕਿਆ ਹੂਆ ਹੈ ਹੈ ਬਕਿਆ ਹੂਆ ਹੈ ਅ ਸਰਪੰਚ ਨੂੰ ਲੋੜ ਸੀ ਮੈਂ ਸਰਪੰਚ ਜੀ ਖੜਾ ਹੋ ਰਿਹਾ ਕਿਸੇ ਨੇ ਮੰਗ ਕਰੀ ਉਹਨੂੰ ਦੇਣਾ ਸਰਪੰਚ ਗਧਾ ਖਰੀਦਿਆ ਕਰੇ ਹਾਂ ਸਰਪੰਚ ਗਾਡੀ ਤੋਂ ਖਰੀਦਿਆ ਕਰੇ ਗਧੇ ਵਾਲਾ ਸਰਪੰਚ ਪਹਿਲੀ ਵਾਰ ਦੇਖਾ ਮਾਰਾ ਗਾ ਮੈਂ ਸਰਪੰਚ ਗਾਡੀ ਖਰੀਦਿਆ ਕਰਾਂ ਇਹ ਪਹਿਲਾ ਸਰਪੰਚ ਹੈ ਜੋ ਗਧਾ ਖਰੀਦਦਾ ਨਾ ਕਰ ਜਰਾ ਮਖੌਲ ਦੇ ਨਾ ਉਹ ਮਖੌਲ ਨਾ ਕਰ ਮਖੌਲ ਨਹੀਂ ਕਰਦਾ ਹਾਂ ਵੇਚ ਦੇਗੇ ਵੀ ਉਹ ਵੇਚ ਦਾਂਗੇ ਕਿੰਨੇ ਦਾ ਮੇਰੀ ਬਾਤ ਸੁਣ ਮਾਰਾ 100 ਹੈ ਇਹ ਗਧਾ ਅੱਛਾ ਹਾਂ ਇਹ ਜੇ ਮਤਲਬ ਵੇਚ ਲਈਏ ਇੱਕ ਕੰਮ ਹੋ ਜਾਗਾ ਫਿਰ ਵੀ ਗੱਡੇ ਨਾਲ ਇਕੱਠਾ ਬੰਦਾ ਹੋਣਾ ਮੈਂ ਤਾਂ ਵੇਚ ਦਾਂਗੇ ਨਾਲੇ ਚੱਲ ਮੇਰੀ ਗੱਲ ਸੁਣਾ ਮੈਂ ਤੋਰ ਲੈ ਲਿਆਂਗੇ ਯਾਰ 100 ਕਰ ਲਾਂਗੇ ਪੂਰਾ ਹਾਂ ਵੇਚ ਦਿਆਂਗੇ ਕਿੰਨੇ ਦਾ 10 ਰੁਪਏ ਇਹ ਵੇਚ ਦਿਆਂਗੇ ਵੀ ਉਹ ਆਪਾਂ ਵੇਚ ਦਿਆਂਗੇ ਹਾਂ ਪਹਿਲਾ ਨੰਬਰ ਤੇ ਯੂ ਜਾਨ ਹੈ ਮੇਰੀ ਹਾਂ ਯੂ ਵੇਚ ਦਾਂਗੇ ਭਲਾ ਦੂਆ ਮੈਂ 30,000 ਕਾ 30,000 ਦਾ ਹਾਂ ਸਰਪੰਚ ਜੇ ਇੱਕ ਗਦੇ ਦੇ 30,000 ਲਾਤਾ ਫਿਰ ਤਾਂ ਬਹੁਤ ਪੈਸੇ ਲੱਗਣੀਆਂ ਦਾ ਹਲੇ ਜੇ 10 ਮੰਗ ਲੈ ਫਿਰ ਅਸੀਂ ਤਾਂ ਜਮੀ ਉੱਜੜੇ ਜਾਾਂਗੇ ਐ ਤਾਂ ਇੰਨੇ ਨੇ ਪੈਸੇ ਲਾ ਕੇ ਭਾਈ ਇਹ ਤਾਂ ਤਵੇਂ ਦੇਖੋ ਕਿਸ ਤਰ੍ਹਾਂ ਦੇਣਾ ਕਿਸ ਤਰ੍ਹਾਂ ਲੈਣਾ ਹੈ ਮਨ ਤੂੰ ਵੇਚਣਾ ਇਹਨਾਂ ਮੈਂ ਫਿਰ ਵੀ 30 ਕਾ ਕਹਿ ਦਿਆ ਵੀ ਚੱਲ ਕੋਈ ਲੋੜਵੰਦ ਹੋਊਗਾ ਤੂੰ ਠੀਕ ਠੀਕ ਲਾ ਯਾਰ ਚੱਲ ਮੇਰੀ ਇੱਕੋ ਰੇਟ ਕਹੂੰਗਾ ਬਾਈ ਹੈ ਚੂਨਾ ਮੈਂ ਹੀ ਤਵਾਰੂੰਗਾ ਯੂ ਲਾ ਦੂੰਗਾ ਮੈਂ ਤੁਹਾਨੂੰ 25,000 ਕਾ ਲਾ ਦੂੰਗਾ ਵੀ ਉਹ ਠੀਕ ਹੈ ਉਹ ਬਜ਼ੁਰਗ ਕਿੰਨਾ ਮੰਗਦਾ ਦੀਆ 4,000 ਮੰਗਦਾ ਬਜ਼ੁਰਗ ਉਹਨੂੰ ਦੱਸ ਦੇ ਦਾਂਗੇ ਦੱਸ ਦੇ ਦਾਂਗੇ ਯਾਰ ਕਾਹਨੂੰ ਇੰਨੇ ਪੈਸੇ ਲਾਣੇ ਬਾਈ ਸਰਪੰਚ ਜੀ ਐ ਤਾਂ ਦੂ ਬਾਈ ਇਹ ਤਾਂ ਮੈਂ ਦੇ ਬਾਈ ਕੰਮ ਸੇ ਕੰਮ ਸੇ ਕੰਮ ਬਾਈ 22,000 ਤਾਂ ਕੰਮ ਨਹੀਂ ਦਿੰਦਾ ਮੈਂ ਚੱਲ ਸਰਪੰਚ ਉਹਨੂੰ ਦੱਸ ਤੇ ਮਾਰ ਦਾਂਗੇ ਕਿਉਂ ਲੈਣਾ ਲਓ ਨਹੀਂ ਲੈਣਾ ਨਾਲ ਤਾਂ ਉਹਦੀ ਰੀਸ ਤੋਂ ਕਿਸ ਨੇ ਹੋਰ ਕਹਦਾ ਮੰਗ ਲਿਆ ਫਿਰ ਤਾਂ ਨਾਲੇ ਰੀਸ ਲੱਗੂਗੀ ਬਾਈ ਆਪਾਂ ਤਾਂ ਆਪਣੀ ਜਾਨ ਵੇਚਦੇ ਨਹੀਂ ਯਾਰ ਚੱਕੂ ਮੇ ਪੈਰ ਹੋ ਜਾ ਸਰਪੰਚ ਕਰੀ ਜਾਂਦਾ ਯਾਰ ਉਹ ਕੀ ਕਰਦਾ ਲਾਣੇ ਦਾ ਅੱਛਾ ਗਧਾ 25,000 ਦਾ ਹੈ 3-4 ਘੰਟੇ ਲੱਗ ਗਏ ਉਹ ਸ਼ਰਮ ਤੁਹਾਨੂੰ ਕਾਹਤੋਂ ਨਹੀਂ ਆਉਂਦੀ ਓਏ
ਓਏ ਗਧਾ 25,000 ਦਾ, ਓਏ ਬੰਦੇ ਦੀ ਵੋਟ ਦੀ ਕੀਮਤ 1,000 ਰੁਪਈਆ ਓਏ ਉਹ ਬਦਲ ਲਾਣਦਾਰਾ ਦੱਸ ਦੇ ਦਿੰਦੇ ਤੈਨੂੰ ਪੰਜ ਵੋਟਾਂ ਦਾ ਕਿੰਨੇ ਦੇ ਦੇਗਾ ਦੱਸ ਦੇ ਦਿੰਦੇ ਅੱਛਾ ਪੰਜ ਵੋਟਾਂ ਨੇ ਠੀਕ ਹੈ 2,000 ਰੁਪਏ ਕੀ ਮੇਰੀ ਵੋਟ ਹਾਂ ਉਹ 2,000 ਰੁਪਏ ਬਣਾਤੀ ਮੇਰੇ ਵੋਟ ਦੀ ਕੀਮਤ ਹੈ 2,000 ਰੁਪਏ ਪਿੱਛੇ ਮੈਨੂੰ ਖਰੀਦਿਓ ਓਏ ਗਧਾ ਤਾਂ ਫੇਰ ਵੀ ਮੇਰੇ ਨਾਲੋਂ ਮਹਿੰਗਾ ਓਏ ਉਹ ਭਗਤ ਸਿੰਘ ਦੀ ਸੋਚਤੀ ਓਏ ਉਹਨੇ ਆਜ਼ਾਦ ਕਰਵਾਇਆ ਸੀ ਦੇਸ਼ ਹੱਕ ਦਵਾਇਆ ਸੀ ਆਪਾਂ ਨੂੰ ਵੋਟ ਪਾਉਣ ਦਾ ਹੈਂ ਉਹ ਸ਼ਰਮ ਕਰੋ ਪੰਜਾਬੀ ਓਏ 1,000-1,000 ਰੁਪਏ 'ਚ ਵੋਟਾਂ ਖਰੀਦਦੇ ਹੋ ਤੁਸੀਂ ਹੈਂ ਇਮਾਨ ਖਰੀਦਿਓ ਤੁਸੀਂ ਮੇਰਾ 1,000 ਰੁਪਏ 'ਚ ਉਹਨੇ ਹੱਕ ਦਵਾਇਆ ਸੀ ਭਗਤ ਸਿੰਘ ਨੇ ਮੈਂ ਵੋਟ ਖੁੱਲ੍ਹ ਕੇ ਪਾਊਂਗਾ ਬਿਨਾਂ ਪੈਸਿਆਂ ਤੋਂ ਪਾਊਂਗਾ ਜਿੱਥੇ ਜਿਹੜਾ ਉਮੀਦਵਾਰ ਮੈਨੂੰ ਚੰਗਾ ਲੱਗਿਆ ਮੈਂ ਉਹਨੂੰ ਪਾਊਂਗਾ ਸ਼ਰਮ ਕਰੋ ਮਾੜਾ ਜਿਹਾ ਵੋਟਾਂ ਖਰੀਦਦੇ ਫਿਰਦੇ ਹੋ ਤੁਸੀਂ ਮੁੜ ਕੇ ਨਾ ਮੇਰੇ ਘਰ ਆਈ ਹੋ ਹੈਲੋ ਸਰਨਾਟ ਬਾਈ ਆ ਪ੍ਰੋਗਰਾਮ ਬੰਦ ਕਰਦੇ ਖਾਣ ਪੀਣ ਵਾਲਾ ਆਹੋ ਆਪਾਂ ਨਹੀਂ ਖਰਚੇ ਨਾਲ ਸਰਪੰਚ ਹੀ ਕਰਦੇ ਨਾ ਹੀ ਲੜਾਂਗੇ ਜੇ ਲੜਾਂਗੇ ਬਿਨਾਂ ਖਰਚੇ ਠੀਕ ਆ ਕਿਉਂ ਬਾਈ ਹੋਰ ਜਿਹੜਾ 30-35 ਲੱਖ ਰੁਪਈਆ ਵਾਲੇ ਆਪਾਂ ਪਿੰਡ 'ਤੇ ਨਹੀਂ ਲਾਵਾਂਗੇ ਨਾ ਮੰਨ ਲਈ ਤੇਰੀ ਜੇ ਬਣ ਕੇ ਪਿੰਡ 'ਤੇ ਲਾ ਦਾਂਗੇ ਜੇ ਹਾਰ ਕੇ ਤਾਂ ਵੀ ਠੀਕ ਹੈ ਆਹ ਜੇ ਜਿੱਤ ਵੀ ਜਾਵਾਂਗੇ ਦੇ ਕੇ ਕਦੇ ਗਧੇ ਵਾਲੇ ਸਰਪੰਚ ਵੱਜਿਆ ਕਰਾਂਗੇ ਉਹ 'ਚ ਕਿਹੜਾ ਖਾਸੀ ਨਾ ਉਹ ਨਿਕਲੂਗਾ ਹੋਰ ਵੀਰ ਜੀ ਦੇਸੀ ਮਸਤੀ ਪਿੰਡਾਂ ਵਾਲਿਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਇੱਕ ਬੇਨਤੀ ਆ ਛੋਟੀ ਜੀ ਜੇ ਮੰਨੋਗੇ ਤਾਂ ਸੁਝਾਅ ਦੇਣ ਜੋਗੇ ਵੀਰੇ ਹੈ ਨਹੀਂ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਜੇ ਗਲਤੀ ਮਲਤੀ ਹੋਈ ਤਾਂ ਮਾਫ਼ ਕਰੋ ਵੀਰੇ ਬਾਈ 1,000 ਸਰਪੰਚ ਉਹਨੂੰ ਬਣਾਓ ਵੀਰੇ ਜਿਹੜਾ ਪਿੰਡ 'ਤੇ ਪੈਸੇ ਲਾਊਗਾ ਨਾ ਕਿ ਨਸ਼ਿਆਂ 'ਤੇ ਲਾਊ ਠੀਕ ਨਾ ਵੀਰੇ ਕੰਮ ਨਹੀਂ ਕਰਦਾ ਫਿਰ ਉਹ ਯਾਰ ਮੁੜ ਕੇ ਠੀਕ ਹੈ 30-35 ਲੱਖ ਰੁਪਇਆ ਲਾ ਕੇ ਸਰਪੰਚ ਬਣਵਾਓ ਯਾਰ ਪਿੰਡ ਦਾ ਕੋਈ ਕੰਮ ਨਹੀਂ ਕਰਦਾ ਹੈਗਾ ਉਹਦਾ ਆਪ ਖਾਊਗਾ ਯਾਰ ਆਪਾਂ ਨੂੰ ਚਾਹੀਦਾ ਆਪਾਂ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਾਈਏ ਜਿੱਥੋਂ ਤੱਕ ਹੋ ਸਕਦਾ ਜੇ ਵੀਰੇ ਸਰਬਸੰਮਤੀ ਨਹੀਂ ਵੀ ਹੁੰਦੀ ਤਾਂ ਉਹਦੇ ਪੈਸੇ ਨਾਲ ਲਵਾਓ ਉਹਦੀ ਤੁਸੀਂ ਗਰਦਨ ਵੀ ਫੜ ਸਕਦੇ ਹੋ ਜਾ ਕੇ ਵੀ ਕੰਮ ਕਿਉਂ ਨਹੀਂ ਕਰਦਾ ਜਦੋਂ ਤੁਸੀਂ ਉਹਦਾ 35 ਲੱਖ ਰੁਪਇਆ ਖਾ ਗਏ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਜਦੋਂ ਤੁਸੀਂ ਉਹਦੇ ਘਰੇ ਜਾਓਗੇ ਉਹ ਤੁਹਾਨੂੰ ਕਹੂਗਾ ਤੁਹਾਨੂੰ ਖਵਾਇਆ ਓਏ ਠੀਕ ਹੈ ਵੀਰੇ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੇ ਵੀਰੋ ਉਹ ਆਪਦੀ ਖੁਸ਼ੀ 'ਚ ਲਾਉਣਾ ਚਾਹੁੰਦਾ ਪੈਸੇ ਤਾਂ ਪਿੰਡ ਦੇ ਕੰਮ 'ਤੇ ਲਵਾ ਲਓ ਨਸ਼ਿਆਂ 'ਚ ਤਾਂ ਨਾ ਖਰਾਬ ਕਰਾਓ ਪੈਸਾ 30-35 ਲੱਖ ਨਾਲ ਪਿੰਡ ਦਾ ਬਹੁਤ ਕੰਮ ਬਣ ਜੂਗਾ ਕੋਈ ਪਾਰਕ ਕੋਈ ਵਧੀਆ ਚੀਜ਼ਾਂ ਬਣ ਜਾਣਗੀਆਂ ਅਸੀਂ ਤਾਂ ਇਹੀ ਬੇਨਤੀ ਕਰਨਾ ਚਾਹੁੰਦੇ ਤੇ ਵੀਰੋ ਵੀਰ ਜੀ ਇਹ ਨਵੇਂ ਬੱਚੇ ਸ਼ੁਰੂਆਤ ਕਰ ਸਕਦੇ ਨੇ ਠੀਕ ਹੈ ਨਾ ਬਜ਼ੁਰਗ ਮੋਬਾਈਲ ਨਹੀਂ ਚਲਾਉਂਦੇ ਜਾਂ ਮਤਲਬ ਇਹ ਗੱਲਾਂ ਨਹੀਂ ਦੇਖਦੇ ਠੀਕ ਹੈ ਨਾ ਵੀਰੇ ਆਪਣੇ ਪਿੰਡ ਤੋਂ ਸ਼ੁਰੂਆਤ ਕਰਨੀ ਪਊਗੀ ਆਪਾਂ ਨੂੰ ਮੈਂ ਆਪਣੇ ਪਿੰਡ ਤੋਂ ਕਰੂੰਗਾ ਤੁਸੀਂ ਆਪਣੇ ਪਿੰਡ ਤੋਂ ਕਰੋ ਠੀਕ ਹੈ ਨਾ ਬਾਈ ਇਹ ਹੱਲ ਹੋ ਜੂਗਾ ਮਸਲਾ ਨਹੀਂ 5 ਸਾਲ ਆਈ ਜਾਣਗੇ ਮਿੱਤਰ ਪਿਆਰਿਓ ਠੀਕ ਹੈ 25 ਦਿਨ ਪੀ ਲਉਂਗੇ ਦਾਰੂ ਅਤੇ 20 ਦਿਨ ਪੀ ਲਉਂਗੇ ਠੀਕ ਹੈ ਉਸ ਤੋਂ ਬਾਅਦ ਬਾਈ ਕੋਈ ਹੱਲ ਨਹੀਂ ਹੈਗਾ ਫਿਰ ਇਹਦਾ ਬਾਈ ਤਾਂ ਆਪ ਜੇ ਆਪਣੇ ਪਿੰਡਾਂ ਨੂੰ ਪਿੰਡ ਬਣਾਉਣਾ ਆਪਣੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਮੂਹਰੇ ਆਉਣਾ ਪਊਗਾ ਦੇਖ ਲਓ ਵੀਰੇ ਤੁਹਾਡੇ ਹੱਥ 'ਚ ਹੀ ਹੈ ਸਾਰਾ ਕੁਛ ਇੰਨੀ ਕਹਿਣਾ ਸੀ ਵੀਰੇ ਆਪਾਂ ਤਾਂ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੇ ਬਾਈ ਸ਼ੇਅਰ ਕਰਿਓ ਲਾਈਕ ਕਰਿਓ ਵੀਰੇ ਕਮੈਂਟ ਕਰਕੇ ਆਪਦੀ ਆਪਦੀ ਸਲਾਹ ਜ਼ਰੂਰ ਦਿਓ ਅਤੇ ਜਿਨ੍ਹਾਂ ਬਾਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਧੰਨਵਾਦ ਜੀ